ਹੈਲੋ ਦੋਸਤੋ ਵੈਲ ਆਈ ਹੋਪ ਆਲ ਆਰ ਵੈਲ ਸੋ ਰਾਤ ਨਾਈਟ ਰਿਲੀਜ਼ ਹੋ ਗਿਆ ਜੀ ਮਤਲਬ ਅਨਸਰ ਕੀ ਤੇ ਕੁਐਸਚਨ ਪੇਪਰ ਠੀਕ ਹੈ ਪੰਜਾਬ ਪੁਲਿਸ ਦੀ ਸਾਈਟ ਤੇ ਪਾਤਾ ਸੋ ਮਿੱਤਰੋ ਜਲਦੀ ਜਲਦੀ ਆਪਣੇ ਨੰਬਰ ਚੈੱਕ ਕਰ ਲਓ ਸੋ ਅੱਜ ਮੈਨੂੰ ਮਹਿਸੂਸ ਹੋਇਆ ਥੋੜਾ ਵੀ ਐਕਸਪੈਕਟਿਡ ਜੋ ਕੱਟਆਫ ਦੇ ਰਿਲੇਟਡ ਜੋ ਆ ਵੀਡੀਓ ਪਾਉਣੀ ਚਾਹੀਦੀ ਮੈਂ ਡੀਮੋਟੀਵੇਟ ਨਹੀਂ ਕਰਦਾ ਯਾਰ ਮੈਂ ਗੱਲ ਕਰਦਾ ਸਿੱਧੀ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਰਨਲ ਦੀ ਜਿਹੜੀ ਕੱਟਆਫ ਹਨ ਉਹ 75 ਤੋਂ 85 ਹੀ ਜਾਊਗੀ। OBC ਦੀ 68 ਤੋਂ 78 ਜਾਊਗੀ ਤੇ SC ਦੀ 60 ਤੋਂ 70 ਜਾਊਗੀ। ਪੇਪਰ ਜਿਹੜਾ ਸੀ ਨਾ ਹਲਵਾ ਸੀਗਾ। ਪੇਪਰ ਮਤਲਬ ਬਿਲਕੁਲ ਈਜੀ ਪੇਪਰ ਜੀ ਮੈਂ ਖੁਦ ਪੇਪਰ ਦੇਖੇ ਆ। ਪੇਪਰ ਬਿਲਕੁਲ ਸੌਖਾ ਪੇਪਰ ਸੀਗਾ। ਸੋ ਪੇਪਰ ਸਾਰੇ 447000 ਬੱਚੇ ਨੇ ਫਾਰਮ ਭਰਿਆ ਸੀ। ਮੰਨ ਲਓ 10-2000 ਬੱਚਾ ਆਪਾਂ ਆਉਂਦਾ ਨਹੀਂ ਜਾਂ ਕਿਸੇ ਸਬੰਧ ਨੂੰ ਸੈਂਟਰ ਨਹੀਂ ਲੱਭਦਾ ਜਾਂ ਲੇਟ ਹੋ ਗਿਆ ਜਿਵੇਂ ਵੀ ਕੋਈ ਵੀ ਕਾਰਨ 450000 ਬੱਚੇ ਨੇ ਪੇਪਰ ਦਿੱਤਾ। ਪੋਸਟਾਂ 43 ਸੂ 4358 ਪੋਸਟਾਂ ਤੁਸੀਂ ਮੈਨੂੰ ਦੱਸੋ ਵੀ ਕਿਵੇਂ ਕੰਪੀਟੀਸ਼ਨ ਕਿਉਂ ਨਾਊਗਾ ਹੁਣ ਰਹੀ ਗੱਲ ਫਿਜ਼ੀਕਲ ਦੀ ਫਿਜ਼ੀਕਲ ਵਾਸਤੇ 4 ਲੱਖ ਵਿੱਚੋਂ ਕੀ 20 ਹਜ਼ਾਰ ਬੰਦਾ ਵੀ ਇਹ ਜਾਣਾ ਆਊਗਾ ਵੀ ਜਿਹੜਾ ਫਿਜ਼ੀਕਲ ਫਿੱਟ ਨਾ ਹੋਗਾ ਹੈ ਤੇ ਫਿਰ 20 ਹਜ਼ਾਰ ਬੰਦਾ ਜੇ ਇਹ ਜਾਣਾ ਆਊਗਾ ਤੇ ਦੂਜੀ ਗੱਲ ਨੰਬਰ ਕਿਉਂਕਿ ਜਿਹੜੇ ਬੱਚੇ ਨੇ 20 ਦਿਨ 15 ਦਿਨ ਮਿਹਨਤ ਵੀ ਕੀਤੀ ਹੈ ਨਾ ਉਹ ਵੀ ਬੱਚੇ ਦੇ ਜੋ ਹੈ ਨੰਬਰ ਅੱਛੇ ਆ ਜਾਂ ਕੋਈ ਮਤਲਬ ਐਡੀ ਕੋਈ ਵੱਡੀ ਲੰਮੀ ਚੋੜੀ ਗੱਲ ਨਹੀਂ ਸੀ ਪੇਪਰ ਬਹੁਤ ਹੀ ਜ਼ਿਆਦਾ ਈਜੀ ਆ ਸੀ ਮਾੜ ਆਇਆ ਸੋਚਣ ਦੀ ਸਮਝਣ ਦੀ ਲੋੜ ਸੀ ਕੁਐਸਚਨ ਨੂੰ ਮੈਥ ਆ ਜਾਂ ਰੀਜਨਿੰਗ ਆ ਜਾਂ ਪੰਜਾਬੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਤੇ ਇੰਗਲਿਸ਼ ਵੀ ਕੋਈ ਐਡੀ ਨਾਰਮਲ ਸੀ ਪੇਪਰ ਬਿਲਕੁਲ ਜੀਕੇਸੀ ਜਿਹੜੀ ਉਹਦੀ ਚਲਮੜਾ ਕਹਿ ਸਕਦੇ ਵੀ ਇਹ ਇੰਡੀਆ ਲੈਵਲ ਦੀ ਆਈ ਸੀ ਠੀਕ ਆ ਕਿ ਨਹੀਂ ਆਉਂਦੀ ਜੀਕੇਨ ਤੁਸੀਂ ਮਤਲਬ ਜੇ ਕੋਈ ਤੁੱਕੇ ਮਾਰ ਕੇ ਆਇਆ ਤੇ 15 ਨੰਬਰ ਤਾਂ ਨਹੀਂ ਤੁੱਕੇ ਵਾਲੇ ਵੀ ਨਹੀਂ ਛੱਡੇ ਠੀਕ ਆ ਨਾ ਮਤਲਬ ਵੀ 70 ਨੰਬਰ 60 ਨੰਬਰ ਤਾਂ ਹਰ ਇੱਕ ਕੈਂਡੀਡੇਟ ਦੇ ਮਤਲਬ ਵਾਟਰ ਤੇ ਹੀ ਪਏ ਆ 60 ਨੰਬਰ ਤਾਂ ਹਰ ਇੱਕ ਕੈਂਡੀਡੇਟ ਨੇ ਲਏ ਹੀ ਲਏ ਆ ਠੀਕ ਆ ਨਾ ਸੋ ਇਹ ਮੇਰੀ ਅਰਸਲ ਇੱਕ ਐਕਸਪੈਕਟਿਡ ਵੀਊ ਹੈਗਾ ਵੀ ਇਹ ਹੀ ਖੁਸ਼ ਹੋਊਗਾ ਪੱਕਾ ਐਵੇਂ ਹੀ ਹੋਣਾ ਜਰਨਲ ਦੀ ਕੈਂਡੀਡੇਟ ਦੀ ਜੇ ਕੱਟ ਆਫ 75 ਤੋਂ 80 ਜਾਊਗੀ OBC ਦੀ 68 ਤੋਂ ਲੈ ਕੇ 78 ਦੇ ਵਿੱਚ ਵੀ ਜਾ ਸਕਦੀ ਆ ਦੋ ਨੰਬਰ ਕੱਟ ਵੀ ਸਕਦੀ ਦੋ ਨੰਬਰ ਵੱਧ ਵੀ ਸਕਦੀ ਠੀਕ ਹੈ ਜਿਵੇਂ 68 ਤੋਂ 70 ਵੀ ਹੋ ਸਕਦੀ ਆ ਤੇ 78 ਤੋਂ 80 ਵੀ ਹੋ ਸਕਦੀ ਠੀਕ ਹੈ SC ਆ SC ਦੀ ਆਮ ਸ਼ੋਰ ਦੱਟ ਮੈਂ ਇਹ ਗੱਲ ਪੱਕੀ ਕਹਿੰਦਾ ਵੀ 60 ਤੋਂ ਉੱਤੇ ਉੱਤੇ ਹੀ ਕੱਟ ਹੋ ਜਾਊਗੀ SC ਦੀ 60 ਜਾਵੇ 59 ਜਾਵੇ 58 ਜਾਵੇ ਦੋ ਨੰਬਰ ਦਾ ਉੱਪਰ-ਨੀਚੇ ਹੋ ਸਕਦਾ ਠੀਕ ਹੈ 59 ਜਾਵੇ 60 ਹੀ ਮੈਰਿਟ ਚੱਕਣਗੇ 60 ਮੀਨਸ 60 60 ਦਾ ਮਤਲਬ 60 ਹੀ ਮੈਰਿਟ ਚੱਕਣਗੇ ਮੇਰੇ ਅਕੋਰਡਿੰਗ ਇੱਕ ਦੋ ਨੰਬਰ ਦਾ ਉੱਪਰ-ਨੀਚੇ ਹੋ ਜੇ ਉਹ ਇੱਕ ਵੱਖਰੀ ਡਿਫਰੈਂਟ ਗੱਲ ਆ ਉਹ ਮੈਂ ਪਹਿਲਾਂ ਹੀ ਕਹਿ ਰਿਹਾ ਤੁਹਾਨੂੰ ਠੀਕ ਆ ਮਤਲਬ ਉਹ ਲੰਮਾ ਚੜਾ ਪ੍ਰੋਸੈਸ ਨਹੀਂਗਾ ਤੇ ਐਸਸੀ ਕੈਂਡੀਡੇਟਸ ਦੀਆਂ ਜੇ ਮਤਲਬ ਪੋਸਟਾਂ ਘਟਾ ਮਤਲਬ ਜੇ ਕੋਈ ਬੱਚਾ ਜ਼ਿਆਦਾ ਨੰਬਰ ਲੈ ਲੈਂਦਾ ਉਹਨੂੰ ਓਪਨ ਵਿੱਚ ਕਨਸੀਡਰ ਕਰ ਲੈਂਦੇ ਇਹ ਸਹੀ ਪ੍ਰੋਸੈਸ ਆ ਬਿਲਕੁਲ ਸਹੀ ਪ੍ਰੋਸੈਸ ਆ ਐਸਸੀ ਕੈਂਡੀਡੇਟ ਨੂੰ ਜਿਹੜਾ ਓਪਨ ਵਿੱਚ ਕਨਸੀਡਰ ਕੀਤਾ ਜਾਂਦਾ ਨਾ ਮੈਂ ਬਿਲਕੁਲ ਇਹਨੂੰ ਸਹੀ ਪ੍ਰੋਸੈਸ ਤੇ ਬੱਚੇ ਕਈ ਚੰਗੇ ਘਰਾਂ ਦੇ ਆਸੀਂ ਅਸੀਂ ਅੱچھے ਘਰਾਂ ਦੇ ਬੱਚੇ ਆ ਚੰਗੇ ਪੜੇ ਸਕੂਲਾਂ ਚ ਚੰਗੀ ਨੌਲੇਜ ਆ ਚੰਗੇ ਕੋਚਿੰਗ ਸੈਂਟਰਾਂ ਚ ਲੱਗੇ ਆ ਠੀਕ ਹੈ ਐਸੀ ਦਾ ਮਤਲਬ ਕਿ ਇਸ ਡੂਲ ਕਾਸਟ ਜਨ ਕਿ ਗਰੀਬੀ ਰೇಖੇ ਵਾਲੇ ਬੱਚੇ ਜਿਹੜੇ ਜੇ ਉਹਨਾਂ ਦੇ ਬੱਚਿਆਂ ਦੇ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਸੁਵਿਧਾਵਾਂ ਹੀ ਹੋਣ ਫਿਰ ਉਹਨਾਂ ਨੂੰ ਜਰਨਲ ਤੇ ਨਾ ਪਾ ਦੇਣ ਇਸ ਕਰਕੇ ਉਹਨਾਂ ਨੂੰ ਸੁਵਿਧਾਵਾਂ ਘੱਟ ਹੁੰਦੀਆਂ ਨੇ ਕੋਲ ਸਿਸਟਮ ਘਟਣਦੇ ਉਹਨਾਂ ਕੋਲੇ ਵੀਕ ਹੁੰਦੇ ਵਿਚਾਰੇ ਠੀਕ ਹੈ ਨਾ ਇਸ ਕਰਕੇ ਜਿਹੜੇ ਉਹਨਾਂ ਤੋਂ ਜ਼ਿਆਦਾ ਨੰਬਰ ਲੈਂਦੇ ਹਨ ਐਸਸੀ ਤੋਂ ਜਾਂ ਜਰਨਲ ਦੇ ਬਰਾਬਰ ਨੰਬਰ ਲੈਂਦੇ ਉਹਨਾਂ ਨੂੰ ਜਰਨਲ ਵਿੱਚ ਕੰਸੀਡਰ ਕੀਤਾ ਜਾਂਦਾ ਉਹਨਾਂ ਦੇ ਉਹਨਾਂ ਦੀ ਜਿਹੜੀ ਕੱਟਆਫ ਹੈ ਉਹ ਜਰਨਲ ਦੇ ਅਕੋਰਡਿੰਗ ਕੰਸੀਡਰ ਕੀਤੀ ਜਾਂਦੀ ਹੈ ਸੋ ਇਹ ਬਿਲਕੁਲ ਸਹੀ ਤਰੀਕਾ ਠੀਕ ਹੈ ਨਾ ਚਲੋ ਠੀਕ ਹੈ ਸੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਇੱਕ ਵਾਰ ਫਿਰ ਦੱਸਦੇ ਹਾਂ ਜਰਨਲ ਦੀ 85 ਤੋਂ 75 OBC ਦੀ 68 ਤੋਂ 78 ਤੇ SC ਔਲ SC MBC SCRO ਜਿੰਨੇ ਵੀ SC ਇੱਕ ਗੱਲ ਹੋਰ ਦੱਸਾਂ ਜਰਨਲ EWS EWs ਜਿਹੜਾ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਜੋ ਜਰਨਲ ਦੇ ਵਿੱਚ ਕਈ ਕਮਜ਼ੋਰ ਹੁੰਦੇ ਆ ਕੈਂਡੀਡੇਟ ਜਿਵੇਂ ਕੋਈ ਗਰੀਬੀ ਰੱਖਾ ਜਾਂ ਕਿਸੇ ਹਿਸਾਬ ਨਾਲ ਕੁਝ ਵੀ ਹੁੰਦਾ ਸੋ ਉਹਨਾਂ ਦੀ ਵੀ ਕਟੋਵ ਜਿਹੜੀ ਉਹ ਮਤਲਬ 75 ਕੇ ਨਾ ਉਹ 75 ਦੇ ਵਿੱਚ 73 ਆ ਸਕਦੀ ਹੈ 73 ਤੋਂ ਲੈ ਕੇ 83 ਦੇ ਵਿੱਚ ਵੀ ਜਾ ਸਕਦੀ ਹੈ ਮਤਲਬ ਇੱਕ ਦੋ ਨੰਬਰ ਦਾ ਜਰਨਲ ਦੇ ਅੰਦਰ ਹੀ ਆ ਉਹਦੀ ਕਟੋਵ ਮਤਲਬ ਇੱਕ ਦੋ ਨੰਬਰ ਦਾ ਉੱਪਰ نیچے ਹੋ ਸਕਦਾ ਠੀਕ ਹੈ ਜੀ ਸੋ ਇਹ ਹੈਗੀ ਗੱਲਬਾਤ ਇਹ ਗੀ ਬਾਤ ਠੀਕ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਵਾਤ ਵਾਤ ਸ਼ੁਕਰੀਆ ਜੀ